ਸਟੂਡੈਂਟਸ ਗੁੱਡ ਮਾਰਨਿੰਗ ਅੱਜ ਮੈਂ ਤੁਹਾਨੂੰ ਵਰਣਮਾਲਾ ਅਤੇ ਲਿਪੀ ਪੜਾਉਣ ਜਾ ਰਹੀ ਹਾਂ ਇਸ ਤੋਂ ਪਹਿਲਾਂ ਤੁਸੀਂ ਪਾਠਾ ਵਿਆਕਰਣ ਅਤੇ ਵਰਣਬੋਧ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਹੈ ਅਤੇ ਉਮੀਦ ਕਰਦੀ ਹਾਂ ਕਿ ਤੁਸੀਂ ਉਹਨਾਂ ਪਾਠਾਂ ਦੇ ਪਿਛਲੇ ਅਭਿਆਸ ਵੀ ਹੱਲ ਕਰ ਲਏ ਹੋਣਗੇ ਆਓ ਹੁਣ ਅਸੀਂ ਵਰਣਮਾਲਾ ਅਤੇ ਲਿਪੀ ਬਾਰੇ ਵਿਸਥਾਰ ਵਿੱਚ ਪੜ੍ਹਦੇ ਹਾਂ ਬੱਚੋ ਜਿਵੇਂ ਤੁਹਾਨੂੰ ਪਤਾ ਲੱਗ ਗਿਆ ਹੈ ਕਿ ਪਾਠਾ ਨੂੰ ਲਿਖਣ ਲਈ ਵਰਨਾ ਜਾਂ ਅੱਖਰਾਂ ਦੀ ਲੋੜ ਹੁੰਦੀ ਹੈ। ਵਰਨਮੂਹੋਂ ਨਿਕਲਣ ਵਾਲੀਆਂ ਧੁਨੀਆਂ ਨੂੰ ਪ੍ਰਗਟ ਕਰਦੇ ਹਨ। ਵਰਨਾ ਨੂੰ ਜੋੜ ਕੇ ਹੀ ਸ਼ਬਦ ਬਣਦੇ ਹਨ। ਜਿਵੇਂ ਇਹ ਤਸਵੀਰਾਂ ਦੇਖੋ। ਬੇਟਾ ਦੇਖੋ ਇਹ ਤਸਵੀਰ ਮੋਰਦੀ ਹੈ ਅਤੇ ਇਹ ਝੰਡਾ ਹੈ। ਇਹਨਾਂ ਸ਼ਬਦਾਂ ਵਿੱਚ ਧੁਨੀਆਂ ਦੀ ਵਰਤੋਂ ਇਸ ਪ੍ਰਕਾਰ ਹੋਈ ਹੈ। ਪਹਿਲੀ ਦੇਖੋ ਧੁਨੀਆਂ ਕਿਵੇਂ ਵਰਤੀਆਂ ਗਈਆਂ ਹਨ। ਦੇਖੋ ਪਹਿਲਾਂ ਇਸ ਨੂੰ ਵੱਖਰਾ ਕਰਕੇ ਲਿਖਿਆ ਗਿਆ ਹੈ ਤੇ ਉਸ ਤੋਂ ਬਾਅਦ ਕਿਵੇਂ ਇਸ ਨੂੰ ਜੋੜ ਕੇ ਇੱਕ ਸ਼ਬਦ ਬਣਿਆ ਹੈ ਓਕੇ ਬੇਟਾ ਹੁਣ ਅਸੀਂ ਇਸ ਦੀ ਪਰਿਭਾਸ਼ਾ ਪੜਾਂਗੇ ਪਹਿਲਾਂ ਤੁਸੀਂ ਪਰਿਭਾਸ਼ਾ ਨੂੰ ਧਿਆਨ ਨਾਲ ਸੁਣਨਾ ਹੈ ਉਸ ਤੋਂ ਬਾਅਦ ਮੈਂ ਪੜਾਂਗੀ ਤੇ ਦੇਖਣਾ ਸਭ ਨੇ ਠੀਕ ਹੈ ਵਰਨਾ ਜਾਂ ਅੱਖਰਾਂ ਦੀ ਨਿਸ਼ਚਿਤ ਜਾਂ ਖਾਸ ਤਰਤੀਬ ਨੂੰ ਵਰਣਮਾਲਾ ਆਖਦੇ ਹਨ ਦੇਖੋ ਬੇਟਾ ਹੁਣ ਇਸ ਦੀ ਪਰਿਭਾਸ਼ਾ ਦੇਖੋ ਧਿਆਨ ਨਾਲ ਸਾਰੇ ਦੇਖੋ ਬੇਟਾ ਵਰਨਾ ਜਾਂ ਅੱਖਰਾਂ ਦੀ ਨਿਸ਼ਚਿਤ ਜਾਂ ਖਾਸ ਤਰਤੀਬ ਨੂੰ ਵਰਣਮਾਲਾ ਆਖਦੇ ਹਨ ਬੇਟਾ ਹਰ ਭਾਸ਼ਾ ਦੀ ਆਪਣੀ ਆਪਣੀ ਵਰਣਮਾਲਾ ਹੁੰਦੀ ਹੈ ਪੰਜਾਬੀ ਵਰਣਮਾਲਾ ਦੇ 41 ਅੱਖਰਾਂ ਨੂੰ 8 ਵਰਗਾਂ ਵਿੱਚ ਵੰਡਿਆ ਗਿਆ ਹੈ ਜੋ ਕਿ ਅੱਗੇ ਲਿਖੇ ਹਨ ਦੇਖੋ ਬੇਟਾ ਕਿਹੜੇ ਹਨ ਵਰਗ ਦੇ ਦੇਖੋ ਵਰਗ ਨੂੰ ਅਸੀਂ ਟੋਲੀ ਵੀ ਕਹਿ ਸਕਦੇ ਹਾਂ ਕਈ ਕਿਤਾਬਾਂ ਦੇ ਵਿੱਚ ਨਾ ਵਰਗ ਨੂੰ ਟੋਲੀ ਵੀ ਲਿਖਿਆ ਹੁੰਦਾ ਹੈ ਇਸ ਲਈ ਕਨਫਿਊਜ਼ ਨਹੀਂ ਹੋਣਾ ਠੀਕ ਹੈ ਦੇਖੋ ਪਹਿਲਾ ਵਰਗ ਦੇਖੋ ਇਹ ਸਾਰੀ ਸਾਡੀ ਵਰਣਮਾਲਾ ਹੈ ਠੀਕ ਹੈ ਇਹਨੂੰ 8 ਵਰਗਾਂ ਦੇ ਵਿੱਚ ਵੰਡਿਆ ਗਿਆ ਹੈ ਪਹਿਲਾ ਵਰਗ ਦੇਖੋ ਮੁਖ ਵਰਗ ਠੀਕ ਹੈ ਮੁਖ ਵਰਗ ਪਹਿਲੀ ਲਾਈਨ ਹੈ ਨਾ ਇਸ ਨੂੰ ਮੁਖ ਵਰਗ ਬੋਲਿਆ ਜਾਂਦਾ ਹੈ ਦੇਖੋ ਊੜਾ ਐੜਾ ਈੜੀ ਸਸਾ ਹਾਹਾ ਉਸ ਤੋਂ ਬਾਅਦ ਦੇਖੋ ਕ ਵਰਗ ठीक है कवर के देखो कक्के वाली लाइन है कक्का खक्खा गग्गा घग्गा गंगा ओके बेटा इस तो अ देखो चीचे वाली लाइन चवर्ग टैंके वाली टवर्ग तत्ते वाली तवर्ग ठीक है बेटा पप्पे वाली पवर्ग ओके उस तो देखो अंतम वर्ग अंतम वर्ग के दा यिया रारा ला वाड़ा ਕਿਉਂ ਅੰਤਿਮ ਵਰਗਿਆ ਕਿਉਂਕਿ ਪਹਿਲਾ ਸਾਡੇ ਕੋਲ ਊੜਾ ਐੜਾ ਜਿਹੜਾ ਸੀ ਵੜਾੜੇ ਤੱਕ ਸੀ ਠੀਕ ਹੈ 35 ਅੱਖਰ ਹੀ ਸਨ ਇਸ ਕਰਕੇ ਇਸ ਨੂੰ ਅੰਤਿਮ ਵਰਗ ਕਿਹਾ ਗਿਆ ਇਹਦੇ ਵਿੱਚ ਉਸ ਤੋਂ ਬਾਅਦ ਦੇਖੋ ਨਵੀਨ ਵਰਗ ਨਵੀਨ ਦਾ ਮਤਲਬ ਨਵਾਂ ਨਵਾਂ ਵਰਗ ਨਵੀ ਟੋਲੀ ਵੀ ਕਹਿ ਸਕਦੇ ਹਾਂ ਵਰਗ ਵੀ ਠੀਕ ਹੈ ਦੇਖੋ ਸ ਸੇ ਪੈਰ ਬਿੰਦੀ ਸ ਬੋਲੇ ਖ ਖੇ ਪੈਰ ਬਿੰਦੀ ਖ ਬੋਲੇ ਗ ਗੇ ਪੈਰ ਬਿੰਦੀ ਗ ਬੋਲੇ ਜ ਜੇ ਪੈਰ ਬਿੰਦੀ ਜ ਬੋਲੇ ਪ ਫੇ ਪੈਰ ਬਿੰਦੀ ਫ ਬੋਲੇ ਲੱਲੇ ਪਰ ਬਿੰਦੀ ਲ ਬੋਲੇ ਓਕੇ ਬੇਟਾ ਉਸ ਤੋਂ ਬਾਅਦ ਅਸੀਂ ਲਿਪੀ ਬਾਰੇ ਪੜਾਂਗੇ ਦੇਖੋ ਲਿਪੀ ਬਾਰੇ ਸਭ ਤੋਂ ਪਹਿਲਾਂ ਦੇਖੋ ਲਿਪੀ ਦੀ ਪਰਿਭਾਸ਼ਾ ਭਾਸ਼ਾ ਦੀਆਂ ਤੁਨੀਆਂ ਨੂੰ ਲਿਖਤੀ ਰੂਪ ਵਿੱਚ ਪ੍ਰਗਟ ਕਰਨ ਲਈ ਵਰਤੇ ਜਾਣ ਵਾਲੇ ਸਾਰੇ ਚਿੰਨ੍ਹਾਂ ਨੂੰ ਲਿਪੀ ਆਖਦੇ ਹਨ ਓਕੇ ਬੇਟਾ ਦੇਖੋ ਕਿ ਜਿਹੜੇ ਲਿਖਤੀ ਭਾਸ਼ਾ ਹਨ ਉਹਦਾ ਆਧਾਰ ਹੀ ਲਿਪੀ ਹੁੰਦੀ ਹੈ ਤੇ ਹਰ ਭਾਸ਼ਾ ਦੀ ਆਪਣੀ ਵੱਖਰੀ ਵੱਖਰੀ ਲਿਪੀ ਹੈ ਠੀਕ ਹੈ ਦੇਖੋ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਹੈ ਗੁਰਮੁਖੀ ਲਿਪੀ ਠੀਕ ਹੈ ਇਸੇ ਤਰ੍ਹਾਂ ਹੀ ਹਿੰਦੀ ਭਾਸ਼ਾ ਦੀ ਲਿਪੀ ਹੈ ਦੇਵਨਾਗਰੀ ਅਤੇ ਅੰਗਰੇਜ਼ੀ ਭਾਸ਼ਾ ਦੀ ਵੀ ਆਪਣੀ ਲਿਪੀ ਹੈ ਰੋਮਨ ਠੀਕ ਹੈ ਤੇ ਪੰਜਾਬੀ ਭਾਸ਼ਾ ਦੀ ਲਿਪੀ ਕਿਹੜੀ ਆ ਗਈ ਹੈ ਗੁਰਮੁਖੀ ਲਿਪੀ ਉਸ ਤੋਂ ਬਾਅਦ ਦੇਖੋ ਊੜੇ ਤੋਂ ੜੇ ਤੱਕ ਕਿੰਨੇ ਅੱਖਰ ਹਨ 35 ਅੱਖਰ ਠੀਕ ਹੈ ਜਿਹੜੇ ਕਿ ਤੁਹਾਨੂੰ ਪਹਿਲਾਂ ਵੀ ਮੈਂ ਦੱਸ ਚੁੱਕੀ ਹਾਂ ਕਿ ਊਰੇ ਤੋਂ ਲੈ ਕੇ ੜਾੜੇ ਤੱਕ ਕਿੰਨੇ ਅੱਖਰ ਹੁੰਦੇ ਹਨ 35 ਤੇ ਇਸ ਕਰਕੇ ਇਸ ਨੂੰ 35 ਵੀ ਕਿਹਾ ਜਾਂਦਾ ਸੀ ਠੀਕ ਹੈ ਪਰ ਹੁਣ ਇਸ ਵਿੱਚ ਅਰਬੀ ਫਾਰਸੀ ਧੁਨੀਆਂ ਦੇ ਅੱਖਰ ਆ ਗਏ ਹਨ ਜਿਵੇਂ ਸ ਸੇ ਪੈਰ ਬਿੰਦੀ ਸ਼ ਬੋਲੇ ਖ ਖੇ ਪੈਰ ਬਿੰਦੀ ਖ ਬੋਲੇ ਗ ਗੇ ਪੈਰ ਬਿੰਦੀ ਗ ਬੋਲੇ ਜ ਜੇ ਪੈਰ ਬਿੰਦੀ ਜ ਬੋਲੇ ਫ ਫੇ ਪੈਰ ਬਿੰਦੀ ਫ ਬੋਲੇ ਲ ਲੇ ਪੈਰ ਬਿੰਦੀ ਲ ਬੋਲੇ ਠੀਕ ਹੈ ਬੇਟਾ ਇਹ ਛੇ ਅੱਖਰ ਜਿਹੜੇ ਸਾਡੇ ਕੋਲ ਕਿੱਥੋਂ ਆਏ ਹਨ ਅਰਬੀ ਫਾਰਸੀ ਧੁਨੀਆਂ ਵਿੱਚੋਂ ਠੀਕ ਹੈ ਪਹਿਲਾਂ 35 ਹਨ ਨਵੇਂ ਛੇ ਅੱਖਰ ਆ ਗਏ ਇਹ ਇਹਨਾਂ ਦੀ ਗਿਣਤੀ ਕਿੰਨੀ ਹੋ ਗਈ 41 ਓਕੇ ਬੇਟਾ ਹੁਣ ਵਰਣਮਾਲਾ ਦੀ ਗਿਣਤੀ ਕਿੰਨੀ ਹੈ 41 ਠੀਕ ਹੈ 41 ਅੱਖਰ ਇਸ ਪਾਠ ਵਿੱਚ ਹੀ ਸਾਡੇ ਕੋਲ ਲਗਾ ਵੀ ਹਨ 10 ਲਗਾਖਰ ਤਿੰਨ ਤੇ ਦੋ ਅੱਖਰ ਤਿੰਨ ਜਿਸ ਬਾਰੇ ਤੁਸੀਂ ਪਹਿਲਾਂ ਵੀ ਪੜ ਚੁੱਕੇ ਹੋ ਆਓ ਇਹਨਾਂ ਦੇ ਵੀ ਚਿੰਨ੍ਹ ਦੇਖ ਲੈਣੇ ਆ ਪਰ ਇਹਨਾਂ ਬਾਰੇ ਵਿਸਥਾਰ ਨਾਲ ਅਸੀਂ ਅਗਲੀ ਵੀਡੀਓ ਵਿੱਚ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਠੀਕ ਹੈ ਪਰ ਇਹਨਾਂ ਦੇ ਚਿੰਨ ਤੁਸੀਂ ਹੁਣ ਦੇਖੋ ਓਕੇ ਬੇਟਾ ਦੇਖੋ ਲਗਾ ਠੀਕ ਹੈ ਲਗਾ ਮਾਤਰਾ ਇਹ ਸਾਡੇ ਕੋਲ 10 ਹਨ ਪਹਿਲੀ ਦੇਖੋ ਮੁਕਤਾ ਉਹਦਾ ਕੋਈ ਚਿੰਨ ਨਹੀਂ ਹੈ ਫਿਰ ਕੰਨਾ ਦੂਸਰੀ ਕੰਨਾ ਦਾ ਚਿੰਨ ਦੇਖੋ ਸਿਹਾਰੀ ਸਿਹਾਰੀ ਦਾ ਚਿੰਨ ਬਿਹਾਰੀ ਬਿਹਾਰੀ ਦੇਖੋ ਉਸ ਤੋਂ ਬਾਅਦ ਔਂਕੜ ਠੀਕ ਹੈ ਇਹਦਾ ਚਿੰਨ ਦੇਖੋ अगली देखो दुलैंकड़ दुलैंकड़ का चिन्ह ला लाँ का चिन्ह दुलावा दुलावा का चिन्ह होड़ा ठीक है होड़ा का चिन्ह देखो कनौड़ा कनौड़ा का चिन्ह ओके बेटा इस तो बाद देखो तुसी लगाखर लगाखर साढ़े को तीन हान, बिंदी बिंदी का चिन्ह देखो टिप्पी टिप्पी का चिन्ह अदक अदक का चिन्ह ठीक है ਲਗਾਤਾਰ ਲਗਾ ਘਰ ਬਾਰੇ ਅਸੀਂ ਅਗਲੀ ਵੀਡੀਓ ਵਿੱਚ ਦੇਖਾਂਗੇ ਠੀਕ ਹੈ ਉਸ ਤੋਂ ਬਾਅਦ ਦੇਖੋ ਦੂਤ ਅੱਖਰ ਜੋ ਤੁਸੀਂ ਪਹਿਲਾਂ ਪੜ ਚੁੱਕੇ ਹੋ ਪਿਛਲੇ ਪਾਠ ਦੇ ਵਿੱਚ ਹਾ ਹਾ ਹੈ ਦਾ ਚਿੰਨ ਰਾ ਰਾਰੇ ਦਾ ਚਿੰਨ ਵਾ ਵੇ ਦਾ ਚਿੰਨ ਇਹ ਜੋ ਕਿ ਅੱਖਰਾਂ ਦੇ ਪੈਰਾਂ ਵਿੱਚ ਲੱਗਦੇ ਹਨ ਓਕੇ ਬੇਟਾ ਇਸ ਦੇ ਨਾਲ ਹੀ ਸਾਡਾ ਇਹ ਪਾਠ ਖਤਮ ਹੁੰਦਾ ਹੈ ਤੇ ਉਮੀਦ ਕਰਦੀ ਹਾਂ ਕਿ ਤੁਹਾਨੂੰ ਵਰਣਮਾਲਾ ਤੇ ਲਿਪੀ ਬਾਰੇ ਵਿਸਥਾਰ ਵਿੱਚ ਜਾਣਕਾਰੀ ਮਿਲ ਗਈ ਹੋਵੇਗੀ ਹੁਣ ਤੁਸੀਂ ਸਭ ਨੇ ਇਸ ਨੂੰ ਚੰਗੀ ਤਰ੍ਹਾਂ ਪੜਨਾ ਸਮਝਣਾ ਹੈ ਇਸ ਵੀਡੀਓ ਨੂੰ ਦੇਖ ਕੇ ਜੋ ਵੀ ਇਸ ਦੇ ਅਭਿਆਸੀ ਅਭਿਆਸ ਦਿੱਤੀ ਗਈ ਹੈ ਉਸ ਨੂੰ ਪੈਨਸਲ ਨਾਲ ਹੱਲ ਕਰਨਾ ਹੈ ਓਕੇ ਬੇਟਾ ਧੰਨਵਾਦ